ਭਾਈ ਕੋਈ ਗੱਲ ਕਰਦਾ ਨੌਕਰੀਆਂ ਦੀ? ਰੁਜ਼ਗਾਰ ਤੋਂ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ? 60 ਤੋਂ 70% ਕਿਸਾਨ ਆ ਪੰਜਾਬ 'ਚ ਹੈ ਕੀ ਸੰਭਾਵਨਾ ਲੈ? ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ, ਇਹ ਹਾਈਕਮਾਂਡ ਦੇਖੇਗੀ। ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ, ਤੁਸੀਂ ਪੁੱਛਿਆ ਦੱਸਤਾ। ਜਿਹੜੀ ਗੱਲ ਦੇ ਉੱਤੇ ਮੈਂ ਖੜਾ ਉਹ ਇਹ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ, ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ, ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ, ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ। ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ ਹੈ, 1 ਲੱਖ ਕਰੋੜ ਦੇ ਐਸੈਟ ਪੰਜਾਬ ਦੇ ਵਿਕੇ ਤੇ ਕੈਨੇਡਾ 'ਚ ਜਾ ਕੇ ਡਿੱਗਦੇ ਹੈ, ਇਹਨੂੰ ਕਿੱਦਾਂ ਤੁਸੀਂ ਬਦਲ ਸਕਦੇ? ਤੇ ਨਵਜੋਤ ਸਿੰਘ ਸਿੱਧੂ ਉਸ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸਤੀਫਾ ਨਹੀਂ ਦਿੱਤਾ? ਹੁਣ ਜਵਾਬ ਦੇਣ ਦੇਣਾ। ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ ਟਕਾ ਕੇ? ਕਿਹਾ ਨੀ ਤੁਸੀਂ ਚੋਰ ਹੋ, ਡਾਕੂ ਹੋ? ਨਹੀਂ ਲੜਾਈ ਲੜੀ? ਇਹ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ, ਮੈਨੂੰ ਨਾ ਕਹੀਂ ਭਗਾ ਭਗਾ ਮਾਰੇ ਨੇ ਉਹਦੇ। ਤੇ ਪਹਿਲਾਂ ਕਹਿ ਚੁੱਕੇ ਆ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇ ਕੋਈ, ਇਹਨਾਂ ਗੱਲਾਂ ਤੇ ਲੜਿਆ। ਉੱਥੇ ਖੜਾ ਬੇਪੈਂਦੀ ਦੇ ਲੋਟੇ ਵਾਂਗੂ ਘੁੰਮਦਾ ਨਹੀਂ, ਇੱਕ ਸਟੈਂਡ ਹੈ ਉੱਥੇ ਹੈ। ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ, ਵਿਰੋਧੀ ਕੋਈ ਬੋਲੇ ਠੋਕ ਦਿਓ, ਇਹ ਵਿਜੀਲੈਂਸ ਹੈ। ਤੇ ਲਾ ਫਿਰ ਮਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ, ਵੀ 21,000 ਦੀ ਟਰਾਲੀ ਕੌਣ ਵੇਚਦਾ? ਲਾ ਨਾ ਹੁਣ ਆ ਜਿਹੜਾ NGT 'ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40-40, 45-45 ਫੁੱਟ ਦੇ ਖੱਡੇ ਕਰਤੇ ਹੋ ਤੁਸੀਂ, ਸਰਕਾਰੀ ਜ਼ਮੀਨ ED ਦੀ ਅਟੈਚ ਕੀਤੀ ਉਹਦੇ 'ਤੇ ਮਾਈਨਿੰਗ ਚੱਲੀ ਜਾਂਦੀ ਹੈ, ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ। ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ, ਤੁਮ ਕਰੋ ਤੋ ਨਿਆਰੀ ਲੀਲਾ, ਕੋਈ ਔਰ ਕਰੇ ਤੋ ਕੈਰੈਕਟਰ ਢੀਲਾ। ਇਹ ਨਵਾਂ ਟ੍ਰੈਂਡ ਨਹੀਂ ਹੈ, ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ। ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ, ਪਹਿਲਾਂ ਆਪਦੇ ਆਪ ਨੂੰ ਬਚਾਉਣ, ਆਪਦੇ ਆਪ ਨੂੰ ਬਚਾਉਣ, ਕਿਉਂਕਿ ਬੜੇ ਸੀਰੀਅਸ, ਦੇਰ ਆਰ ਸੀਰੀਅਸ ਐਸਪਰਸ਼ਨਸ ਕਾਸਟ ਔਨ ਦੀ ਅਕਾਲੀ ਦਲ। ਗੁਰੂ ਸਾਹਿਬ ਤੋਂ ਲੈ ਕੇ ਕੌਂਕੇ ਸਾਹਿਬ ਵਾਲੀ ਗੱਲ, ਹੋਰ ਬਹੁਤ ਕੁਛ ਇਹੋ ਜਿਹਾ। ਦੇਖੋ ਕਿਸੇ ਵੀ ਦਲ ਲਈ, ਉਹਦੀ ਉਸਾਰੀ ਲਈ, ਉਹਦੀ ਵੈਲਬੀਇੰਗ ਦੇ ਲਈ 3 ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਭਾਈ। ਕ੍ਰੈਡੀਬਿਲਿਟੀ, ਤੁਹਾਡੀ ਭਰੋਸੇਯੋਗਤਾ, ਹੈ ਜੀ। ਜਿਹਦੀ ਕੀਰਤੀ ਨਸ਼ਟ ਹੋ ਜਾਏ ਨਾ, ਉਹਦਾ ਸਭ ਕੁਝ ਚਲਾ ਜਾਂਦਾ, ਔਰ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡੀਬਿਲਿਟੀ ਹੈ, ਵਿਸ਼ਵਾਸ ਉਸੇ ਤੇ ਹੁੰਦਾ। ਇਹ 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 ਜ਼ਰੂਰੀ। ਧਰਮਸੋਤ ਨੂੰ ਕੱਲ ED ਦੇ ਵੱਲੋਂ ਅਰੈਸਟ ਕੀਤਾ ਗਿਆ, ਇਨਕਮ ਟੈਕਸ ਜਾਇਦਾਦ ਜਿਹੜੀ ਸੀ ਉਹਨਾਂ ਦੀ ਇਨਕਮ ਤੋਂ ਵੱਧ ਮਿਲਾਈ, ਪਹਿਲਾਂ ਵੀ ਕੀਤਾ ਸੀ, ਪਹਿਲਾਂ ਬਿਜ਼ਨਸ ਕੀਤਾ ਸੀ, ਹੁਣ ED ਨੇ ਕਰਿਆ ਸੀ। ਭਾਈ ਖਹਿਰਾ ਸਾਹਿਬ ਨੂੰ ਕੀਤਾ ਸੀ, ਹੋਰ ਕਿੰਨੇ ਦਾ ਲਿਆ, ਫਿਰ ਕੀ ਨਿਕਲਿਆ? ਮੈਂ ਕਹਿੰਦਾ ਭਾਈ ਮੈਨੂੰ ਇੱਕ ਗੱਲ ਦੱਸੋ, ਜਦੋਂ ਕਰਪਸ਼ਨ ਦੇ ਚਾਰਜ ਨੇ ਤੁਹਾਨੂੰ ਫੇਸ ਕਰਨਾ ਪਊ ਨਾ ਯਾਰ,
ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਹਾਂਜੀ ਕਿਸੇ ਪਾਰਟੀ ਦਾ ਹੋਵੇ ਯਾਰ, ਜੇ ਤੁਸੀਂ ਪੰਜਾਬ ਦਾ ਪੈਸਾ ਖਾਧਾ ਹੈ, ਯੂ ਹੈਵ ਟੂ ਫੇਸ ਦ ਮਿਊਜ਼ਿਕ ਈਵਨ ਇਫ ਯੂ ਡੋਂਟ ਲਾਈਕ ਦ ਟਿਊਨ। ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜੀਲੈਂਸ ਲਾਤੀ, ਫਿਰ ਕੇਜਰੀਵਾਲ ਦਾ ਜਵਾਬ ਦੇਵੇ ਵੀ ਸ਼ਰਾਬ 'ਚ ਪੈਸੇ ਖਾਧੇ ਕਿ ਨਹੀਂ ਖਾਧੇ, ਇਹ ਦੇਵੇ ਜਵਾਬ ਮਿੱਤਰ ਪਿਆਰਾ ਵੀ ਮਾਫੀਆ ਚੱਲਦਾ ਕਿ ਨਹੀਂ ਚੱਲਦਾ, ਦੇਵੇ ਨਾ ਹੈ ਜਵਾਬ। ਮੈਂ 300 ਸਵਾਲ ਪੁੱਛ ਲਏ, ਟਕਾ ਕੇ ਕਹਿ ਲਿਆ ਵੀ ਭਾਈ ਤੁਸੀਂ ਚੋਰੀ ਕੀਤੀ, ਕੇਜਰੀਵਾਲ ਸਾਹਿਬ ਤਾਂ ਕਹਿੰਦੇ ਕਿ ਵੀ ਕਿੱਥੇ ਕਹਿੰਦੇ, ਮੈਂ ਤੈਨੂੰ ਜਿਹੜੇ ਮੈਂ ਸਵਾਲ ਪੁੱਛੇ ਆ ਉਹਨਾਂ ਤੇ ਆਣਾ। ਚਾਹੇ ਬੈਂਕਾਂ ਦੇ ਹੋਣ ਤੁਨੂੰ ਹੀ ਮਾਫ ਤੋੜੀਆਂ, ਗੁਰੂਆਂ ਦੀ ਬੋਲੀ ਲਾਤੀ, ਕਈਆਂ ਨੇ ਅੰਗ ਖਿਲਾਰਤੇ ਵੋਟਾਂ ਦੇ ਧਰੁਵੀਕਰਨ ਖਾਤਰ, ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ, ਉਹ ਕੀ ਸੀ, ਕੁਛ ਪੂਰਾ ਹੋਇਆ? ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਜੇ ਤੁਹਾਡੇ ਕੋਲ ਦਾਣੇ ਹੀ ਨਹੀਂ ਵੰਡੋਗੇ ਕਿੱਥੋਂ? ਕਿਹਾ ਸੀ 1,00,000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰ ਦੂੰ, ਹਾਂਜੀ ਤੇ 2-2 ਲੱਖ ਹਰੇਕ ਦਾ ਹੋਊ, ਫਿਰ ਉਹਨੂੰ ਬਦਲਤਾ, IAS ਅਫਸਰ ਵੀ ਘੁਮਾ ਦਿੰਦੇ, ਹੋਇਆ ਮਾਫ 5,000 ਤੇ ਕਿਹਾ ਸੀ 1,00,000 ਕਰੋੜ, ਉਹ ਜਿੰਨਾ ਮਾਫ਼ ਕੀਤਾ ਉਹਦੇ ਨਾਲ ਡਬਲ ਸੂਦ ਸਮੇਤ ਹੋਰ ਚੜ੍ਹ ਗਿਆ, 90 ਦਾ ਸੀ 1-10 ਤੇ ਆ ਗਿਆ। ਇਹ ਕਿਉਂ ਪੂਰਾ ਨਹੀਂ ਹੁੰਦਾ ਭਾਈ? ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿਉਂ ਨਹੀਂ ਪੂਰਾ ਹੁੰਦਾ ਹੈ? ਕਿਉਂਕਿ ਨੀਤੀ ਦੀ ਰਾਜਨੀਤੀ ਹੈ। ਰਾਜਨੀਤੀ ਕੀ ਹੈ ਵੀ ਜਦੋਂ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲਿਸੀਆਂ ਲਿਆ ਰਹੇ ਹਾਂ, ਆਹ ਪਾਲਿਸੀ, ਤੇ ਫਿਰ ਉਹ ਇਕੱਲੀ ਤੁਹਾਡੀ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ, ਉਹ ਸਾਰੇ ਪੰਜਾਬ ਦੇ ਲਈ, ਉਹਨੇ ਸਾਰਿਆਂ ਦਾ ਭਲਾ ਕਰਨਾ। ਇਹ ਨੀਤੀਗਤ ਰਾਜਨੀਤੀ, ਨਾ ਨੀਅਤ, ਨਾ ਨੀਤੀ, ਨਾ ਨਿਆਂ। ਅੱਜ ਰਾਹੁਲ ਜੀ ਦੇਸ਼ 'ਚ ਭਟਕ ਰਹੇ, ਸਾਰੇ ਗਲੀ ਗਲੀ ਫਿਰ ਰਿਹਾ ਵਿਚਾਰਾ, ਕਮਾਲ ਦਾ ਬੰਦਾ, ਕਿਰਦਾਰ ਵਾਲਾ ਬੰਦਾ, ਕਿਉਂ? ਕਿਉਂਕਿ ਨਾ ਨਿਆਂ ਨਾਮ ਦੀ, ਕਾਨੂੰਨ ਵਿਵਸਥਾ ਨਾਮ ਦੀ ਕੀ ਹੈ ਨਹੀਂ ਕੋਈ, ਅੱਜ ਵੀ ਪੰਜਾਬ 'ਚ ਬੰਦਿਆਂ ਦੀ ਲਾਈਫ ਦੀ ਵੈਲਿਊ ਨਹੀਂ, ਬੰਦਿਆਂ ਕੋਲ ਓਪਰਚੁਨਿਟੀ ਨਹੀਂ। ਮੇਰੀ ਲੜਾਈ ਵਿਚਾਰਕ ਲੜਾਈ ਹੈ, ਜੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੁੰਦੀ ਤਾਂ ਫਿਰ ਮੈਂ ਵੀ ਖੇਪੜਦਾ ਰਹਿੰਦਾ। ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ, ਨੀਤੀਆਂ ਦੀ ਹੈ, ਵੀ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ। ਹੁਣ ਤੁਸੀਂ ਦੇਖੋ, ਜਦੋਂ ਮੈਂ ਇਹ ਸਾਰੀ ਗੱਲ ਕਰਦਾ, ਕੱਲ੍ਹ ਮੈਂ NGT ਜਾ ਕੇ, ਤੁਹਾਨੂੰ ਸਾਰਿਆਂ ਨੂੰ ਪਤਾ, ਸਰਦਾਰ ਭਗਵੰਤ ਮਾਨ ਹੋਵੇ,
ਕੈਪਟਨ ਅਮਰਿੰਦਰ ਸਿੰਘ ਉਦੋਂ ਪਹਿਲਾਂ ਬਾਦਲ ਸਾਹਿਬ ਸੀ, ਚਲੋ ਚਲੇ ਗਏ, ਮੈਂ ਉਹਨਾਂ ਬਾਰੇ ਕਦੇ ਗਲਤ ਨਹੀਂ ਬੋਲੂੰਗਾ। ਇਹਨਾਂ ਦੀ ਨੀਤੀਆਂ 'ਚ ਫਰਕ ਦੱਸੋ, ਚਲੋ ਦੱਸੋ, ਇਹਨਾਂ ਤੋਂ ਹੀ ਪੁੱਛੋ ਕਿ ਤੁਹਾਡੀਆਂ ਨੀਤੀਆਂ 'ਚ ਫਰਕ ਹੈ। ਇੱਕ ਆ ਬਿਜਲੀ ਵਾਲੇ 500 ਯੂਨਿਟ, ਉਹ ਵੀ ਕਰਜ਼ਾ ਲੈ ਕੇ, PSPCL ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜ੍ਹੇ ਹੁੰਦੇ ਆ, ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤਨਖੂਹ ਲੈ ਲੈਂਦੇ ਆ, ਤਨਖਾਹਾਂ ਦੇਣੀਆਂ ਔਖੀਆਂ ਹੁੰਦੀਆਂ। ਉਹਨਾਂ 'ਤੇ 17-18 ਹਜ਼ਾਰ ਕਰੋੜ ਦਾ ਕਰਜ਼ਾ ਸੀ, ਅੱਜ 25-30। ਜੇ ਤੁਸੀਂ ਇਹੀ ਬਿਜਲੀ PPA ਕੈਂਸਲ ਕਰਕੇ, ਜਿਹੜੀ ਤੁਸੀਂ ਕਹਿੰਦੇ ਸੀ PPA ਕੈਂਸਲ ਕਰਕੇ, ਜਿਹੜੀ ਪੰਜਾਬ ਅੱਜ 19 ਰੁਪਈਏ 18 ਰੁਪਈਏ ਨੂੰ ਬਿਜਲੀ ਖਰੀਦ ਰਿਹਾ ਮਹਿੰਗੀ, ਬਾਜ਼ਾਰ 'ਚ ਜਿਹੜੀ 3 ਰੁਪਈਏ ਨੂੰ ਮਿਲਦੀ, ਇਹਨਾਂ ਨੂੰ ਕੈਂਸਲ ਕਰਕੇ ਇਨਕਮ ਦੇ ਨਾਲ ਦਿੰਦੇ, ਮੈਨੂੰ ਕੋਈ ਆਪੱਤੀ ਨਹੀਂ ਸੀ, ਮੈਂ ਜੈਜੇ ਕਰ ਕਰ। ਕਹਿੰਦਾ ਸਿੱਧੂ ਸਾਹਿਬ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ, ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤੇਰੇ ਨਾਲ ਨਹੀਂ ਖੜੇ ਹੋਏ, ਤੂੰ ਚੱਜ ਦਾ ਕੰਮ ਹੀ ਨਹੀਂ ਕੋਈ ਕਰਦਾ, ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਹਵਾਈ ਜਹਾਜ਼ 'ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਾਟਿਆਂ ਨੂੰ ਲੱਗਿਆ ਹੋਇਆ, ਵੋਟਾਂ ਤੁਹਾਨੂੰ 2 ਨਹੀਂ ਪਈਆਂ, ਗੱਲਾਂ ਕਰਦਾ 13-0 ਦੀਆਂ, ਉਹ ਤੁਸੀਂ 0 ਸੀ ਲੋਕ ਸਭਾ 'ਚ 0। ਆ ਕਾਂਗਰਸ ਦਾ ਆਧਾਰਾ ਮੰਗਿਆ ਇੱਕ, ਤੇ ਪੁਲਿਸ ਐਕਸ਼ਨ ਨਾਲ ਇੱਕ ਲੋਕ ਸਭਾ 'ਚ ਲੈ ਗਏ ਤੁਸੀਂ, ਕਿੱਥੋਂ ਦੀ ਹੋ ਤੁਸੀਂ ਨੈਸ਼ਨਲ ਪਾਰਟੀ ਹੋ। ਇਸ ਕਰਕੇ ਗੱਲਾਂ ਦੇ ਕੜਾ ਵਰਤਾਨ ਨਾਲ ਕੁਛ ਨਹੀਂ ਹੋਣਾ। ਦੇਖੋ ਮੈਂ ਮਾਫੀਆ ਦੇ ਖਿਲਾਫ਼ ਲੜਦਾ ਹਾਂ, ਮਾਫੀਆ ਕੀ ਹੈ, ਮਾਫੀਆ ਇਹੀ ਹੈ ਵੀ ਪੰਜਾਬ ਦੇ ਲੋਕਾਂ ਦਾ ਪੈਸਾ, ਲੋਕਾਂ ਦੇ ਹੱਕਾਂ ਦਾ ਪੈਸਾ। ਹੱਕ ਸੱਚ ਦੀ ਲੜਾਈ ਹੈ ਨਾ, ਬਾਬੇ ਨਾਨਕ ਦੇ ਫਲਸਫੇ ਦੀ ਲੜਾਈ ਹੈ, ਸਰਬੱਤ ਦੇ ਭਲੇ ਦੀ ਲੜਾਈ ਹੈ। ਇਹ ਸਰਬੱਤ ਦਾ ਭਲਾ ਨਹੀਂ ਕਰ ਰਿਹਾ ਜਿਹੜਾ ਇਹਨਾਂ ਦਾ ਸਿਸਟਮ ਹੈ ਜਿਹਨੂੰ ਬਦਲਣਾ ਹੈ, ਇਹ ਸਿਰਫ ਨਿੱਜੀ ਲੋਕਾਂ ਦੇ ਘਰਾਂ 'ਚ ਪੈਸੇ ਭੇਜ ਰਿਹਾ। ਜਦੋਂ ਮੈਂ ਕਹਿੰਦਾ ਇਹਨਾਂ ਨੇ ਨੀਤੀ ਨਹੀਂ ਬਦਲੀ, ਜਿਹੜੇ ਸਿਸਟਮ ਨੂੰ ਬਦਲਣ ਆਏ ਸੀ ਉਹ ਤਾਂ ਸਰਗਣਾ ਬਣ ਗਏ, ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੇ ਰੇਤ ਦੀ ਨੀਤੀ ਬਣਾਈ ਉਹ 'ਚੋਂ ਰੇਤ ਮਾਫੀਆ ਪੈਦਾ, ਜਿਹੜੀ ਇਹਨਾਂ